अस्सलाम वालेकुम नाज़रीन, क्या हाल है? मैं बिल्कुल ठीक हूँ। तो आज कल लोग स्टार्ट करते हैं जी, सबसे पहले कीजिएगा मेरे चैनल को सब्सक्राइब, पंजाबी मोंडे एक्सप्रेस को। तो आज कल लोग स्टार्ट करते हैं, आज है संडे, तो आज बनाएगा मेरा जो बड़ा भाई है व्लॉग, क्योंकि उसे भी व्लॉग बनाने का शौक आ रहा है। तो चलो भाई बोल भाई। वालेकुम मेरे प्यारे व्यूअर्स, उम्मीद है आप लोग भी ठीक होंगे, अल्लाह का शुक्र है हम भी ठीक हैं। तो मेरा नाम मनसब है, तो हमारे चैनल को लाइक सब्सक्राइब ये जरूर करना, ये भूलना ना। तो ये हमने ममटी बनाई है, तो शतरंग का वाला 8-9 दिन हो गए थे वो लाड़े लगाता था, आज जाऊंगा कल आऊंगा, ऐसे लाड़े लगाते लगाते हैं। तो फिर आज सॉरी मैं यार जरा ना पंजाबी व्लॉग बनाना ही, क्योंकि कई मैंने क्या पंजाबी व्लॉग बनाया कर, मैं चल ना अपने भैन भाइयों का चाल वाहरीए अपना पंजाबी व्लॉग बनाइए। ऐ शतरंग होई जे दसो, ਇਹ ਸ਼ਟਰੰਗ ਸਾਡੀ ਹੋਈ ਜੀ, ਅਤੇ ਇਹ ਪਈ ਜੇ ਬਜਰੀ, ਇਹ ਪਈ ਜੇ ਰੇਤ, ਅਤੇ ਸੀਮਟ ਜੇ ਲੈਣਾ। ਹੁਣ ਮੈਂ ਚੱਲਾਂ ਅਤੇ ਜਾ ਕੇ ਜਿਹੜਾ ਨਾ ਮੈਂ ਸ਼ਾਦੀ ਵਾਲੀ ਸੀਮਟ ਲਿਆਉਣਾ, ਅਤੇ ਫਿਰ ਜਿਹੜਾ ਨਾ ਕੱਲ੍ਹ ਸਾਡਾ ਲੈਂਡਰ ਪਏਗਾ। ਅਸੀਂ ਹੁਣ ਹੀ ਸੀਮਟ ਲਿਆ ਕੇ ਫਿਰ ਸਾਡੇ ਉੱਥੇ ਲੱਗਾ ਕਤਰਾਈ ਵਾਲਾ ਭਰੋਲਾ ਜਿਹਨੂੰ ਕਹਿੰਦੇ ਨੇ, ਇੱਥੇ ਸਾਡੀ ਗੰਦਮ ਵਾਲੀ ਮਸ਼ੀਨ ਉਹਨੂੰ ਕਹਿੰਦੇ ਨੇ। ਤੋ ਜਿਹੜਾ ਨਾ ਉਹ ਆ ਕੇ ਭਰੋਲਾ ਲੱਗੇਗਾ, ਸਾਡੀ ਕਣਕ ਸ਼ਣਕ ਗੰਦਮ ਵੱਢੀ ਜਾਏਗੀ, ਫਿਰ ਅਸੀਂ ਆ ਘਰ ਲਿਆਵਾਂਗੇ, ਅਤੇ ਫਿਰ ਜਾ ਕੱਲ੍ਹ ਜਾ ਕੇ ਸਾਡਾ ਲੈਂਡਰ ਪਏਗਾ। ਅਤੇ ਥੱਲੇ ਜਾ ਕੇ ਇਹ ਸਰੀਆ ਪਿਆ, ਕੁਛ ਇੱਥੇ ਸਰੀਆ ਪਿਆ, ਅਤੇ ਕੁਛ ਜਿਹੜਾ ਨਾ ਥੱਲੇ ਪਿਆ ਸਰੀਆ, ਇਹ ਸਰੀਏ ਵਾਲੇ ਵੀ ਕੱਲ੍ਹ ਆਉਣਗੇ ਅਤੇ ਕੱਲ੍ਹ ਆ ਕੇ ਸਰੀਆ ਪਾਉਣਗੇ। ਇਹ ਯਾਰ ਟੇਕਾਂ ਲੱਗੀਆਂ ਨੇ, ਸੋ ਜਦ ਤੁਹਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋਣ ਦੀ ਹੈ ਲੰਘਣ ਤੋਂ, ਅਤੇ ਬਾਕੀ ਕੰਮ ਚੱਲਦਾ ਪਿਆ। ਅਤੇ ਇਹ ਸਾਡਾ ਸਰੀਆ ਪਿਆ ਜੀ, ਇਹ ਦੇਖ ਲਓ, ਬਾਅਦ ਚ ਨਾ ਜਿਹੜਾ ਸਾਨੂੰ ਨਹੀਂ ਦੱਸਿਆ ਭਰੋਲਾ ਲੱਗਾ ਸੀ, ਤੇ ਉੱਥੇ ਸਾਡਾ ਜਿਹੜਾ ਨਾ ਭਰੋਲਾ ਲੱਗਾ, ਤੇ ਉੱਥੇ ਕਣਕ ਉਹਨੇ ਵੱਢੀ, ਉਹ ਆਹਾਂ ਕਣਕ ਜਿਹੜੀ ਨੇ ਗੰਦਮ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਕਣਕ ਹੱਥ ਲਿਆਂਦੀ। ਸਾਡੇ ਇੱਥੇ ਪੰਜਾਬੀ ਚ ਨਾ ਕਣਕ ਕਹਿੰਦੇ ਨੇ, ਤੇ ਜਿਹੜੀ ਉਹ ਮਸ਼ੀਨ ਵੱਢਦੀ ਹੈ ਉਹਨੂੰ ਕਹਿੰਦੇ ਨੇ ਭਰੋਲਾ। ਤੁਹਾਨੂੰ ਪਤਾ ਪੰਜਾਬੀਆਂ ਦੇ ਵੈਸੇ ਦੂਰ ਹੁੰਦੇ ਹਨ, ਅਤੇ ਅਸੀਂ ਵੀ ਉਹ ਪੰਜਾਬੀ ਕਦੇ ਕਿਤੇ ਬਹੁਤ ਅਸੀਂ ਬੜੀ ਪੰਜਾਬੀ ਯੂਜ਼ ਹੁੰਦੀ ਹੈ, ਉਹ ਤੁਹਾਡੇ ਵਾਲ ਸਾਈਡ ਤੋਂ ਉਰਦੂ ਚੁਰਦੂ ਮਾਰਦੇ ਹਾਂ, ਅਤੇ ਤੁਹਾਨੂੰ ਪਤਾ ਪੰਜਾਬੀ ਹਾਂ ਸਰਾਇਕੀ ਵੀ ਕਿੱਦਾਂ ਮਾਰ ਸੁਰਾਂ ਮਾਰ ਤਾਂ ਪਾਣਾ, ਜੇ ਪੰਜਾਬੀ ਵਾਲੇ ਲੋਕ ਹੈ। ਅਤੇ ਅਸੀਂ ਜਿਹੜੇ ਨਾ ਕੰਮ ਅਤੇ ਬਹੁਤ ਨੇ, ਅੱਜ ਹੀ ਕੰਮ ਹੋਣਾ ਹੁੰਦਾ, ਬਾਅਦ ਫਿਰ ਵਿਹਲਿਆਂ ਪਿਆ ਹੋਣਾ, ਅਗਲੇ ਦਿਨ ਕਿਸੇ ਦੁਕਾਨ 'ਤੇ ਬਹਿ, ਕਦੇ ਕਿਤੇ ਦੁਕਾਨ 'ਤੇ ਬਹਿ, ਕਦੇ ਕਿਤੇ ਫਿਰ ਅਤੇ ਕਦੇ ਫਿਰ, ਉਦੋਂ ਸਾਨੂੰ ਤੁਹਾਨੂੰ ਕੰਮ ਨਹੀਂ ਹੁੰਦੇ। ਅਤੇ ਅਸੀਂ ਮੈਂ ਲਿਆਉਣਾ ਬਿਜਲੀ ਵਾਲਾ ਸਮਾਨ, ਸੀਮਟ ਲਿਆਉਣਾ, ਫਿਰ ਉੱਧਰ ਭਰੋਲਾ ਹੈ ਉੱਧਰ ਉੱਧਰ ਜਾਣਾ, ਫਿਰ ਅਸੀਂ ਛਾਪਰ ਉੱਤੇ ਪਾਉਣਾ ਤਾਂ ਕਿ ਜਿਹੜਾ ਲੈਂਡਰ ਪਾਉਂਦੇ ਨੇ ਉਹ ਥੱਲੇ ਜਿਹੜਾ ਨਾ ਨਾ ਚੋਏ। ਇਹ ਵੇਖੋ ਉੱਤੇ ਛਾਪਰ ਜਿੰਨੀ ਪਿਆ, ਇਹ ਇੰਜੀ ਹਾਂ ਛਾਪਰ ਪਾਉਣਾ, ਅਤੇ ਉਹ ਜਿਹੜਾ ਨਾ ਲੈਂਡਰ ਜਿਹੜਾ ਨਾ ਝੋਂਦਾ ਨਹੀਂ, ਅਤੇ ਜਿਹੜੇ ਛੱਤ ਜਿਹੜੀ ਨਾ ਛੱਤ ਉਹ ਬਿਲਕੁਲ ਸਾਫ਼ ਸੁਥਰੀ ਨਿਕਲਦੀ, ਤਾਂ ਕਿ ਇਹ ਹੁਣ ਇਹ ਵੀ ਵੈਸੇ ਕਈ ਲੋਕ ਪਲਸਤਰ ਕਰਾਉਂਦੇ, ਵੈਸੇ ਜ਼ਿਆਦਾਤਰ ਨੇ ਹੁਣ ਸੀਲਿੰਗਾਂ ਹੁੰਦੀਆਂ ਨੇ, ਤੁਹਾਨੂੰ ਪਤਾ ਸੀਲਿੰਗਾਂ ਵੀ ਡਿਜ਼ਾਇਨ ਸੂਨ ਪੈਂਦੇ, ਅਤੇ ਹੋਰ ਬਹੁਤ ਪਿਆਰੇ ਲੱਗਦੇ, ਨਾਲੇ ਗਰਮੀ ਵਾਸਤੇ ਸਹੀ ਹੈ, ਥੱਲੇ ਗਰਮੀ ਨਹੀਂ ਆਉਂਦਾ। ਵਲੋਗ ਸ਼ੋਗ ਹੁਣ ਛੋਟਾ ਭਾਈ ਬਣਾਉਣ ਡਿਆ, ਤੂੰ ਮੈਂ ਜਿਹੜਾ ਨਾ ਚੱਲਾਂ ਸ਼ਾਦੀ ਆ, ਅਤੇ ਫਿਰ ਆਗ ਤਾਂ ਜਿਹੜਾ ਨਾ ਉਹ ਜਿਹੜੇ ਭਰੋਲੇ ਵਾਲੀ ਮਸ਼ੀਨ ਲੱਗੀ ਉਹ ਵੀ ਤੁਹਾਨੂੰ ਦੱਸਾਂਗਾ, ਇੰਝ ਉਹ ਵੱਢਦੀ ਹੈ, ਇੰਝ ਹਾਂ ਦਾਣੇ ਵਿੱਚ ਪਾਉਣੇ ਨੇ, ਇੰਝ ਆ ਫਲਾਣਾ ਕੰਮ ਕਰਨਾ ਅਤੇ ਇੰਝਾਂ ਕੰਮ ਕਰਨਾ। ਤੇ ਮੋਟਰਸਾਈਕਲ ਨੂੰ ਬਾਹਰ ਖੋਤੀ ਹੈ।
ਲੱਗੀ ਜੇ ਥਰੈਸ਼ਰ ਥਰੈਸ਼ਰ ਨਹੀਂ ਭਰੋਲਾ ਉਹਨੂੰ ਕਹਿੰਦੇ ਨੇ ਬਲਕਿ ਉਹ ਭਰੋਲਾ ਲੱਗਿਆ ਅਤੇ ਹੁਣ ਜਿਹੜਾ ਨੇ ਉੱਥੇ ਚੱਲਿਆ ਭਾਈ ਨੂੰ ਮੈਂ ਲਾਹ ਚੱਲਾਂ ਅਤੇ ਲਾ ਕੇ ਅਤੇ ਫਿਰ ਮੈਂ ਅਸੀਂ ਉਹਦੇ ਵੱਲ ਮੈਂ ਈਸ਼ਾ ਦੇ ਵੱਲ ਜਾਣਾ ਲਾ ਕੇ ਅਤੇ ਫਿਰ ਆ ਕੇ ਅਤੇ ਫਿਰ ਜਿਹੜਾ ਨਾ ਸਾਡੀ ਕਣਕ ਵੱਢੀ ਜਾਏਗੀ ਆ ਕੇ ਮੈਂ ਕਣਕ ਲਿਆਵਾਂਗਾ ਅਤੇ ਇਹ ਤੁਹਾਨੂੰ ਦੱਸਦਾ ਭਰੋਲਾ ਵੀ ਤੁਹਾਨੂੰ ਭਰੋਲਾ ਵੀ ਦੱਸੇਗਾ ਅਤੇ ਇਹ ਵਿੱਚ ਮੈਂ ਕਰਨ ਮੇਰੇ ਆਉਣ ਡਿਆ ਸੀ ਅਤੇ ਉਹ ਵੀ ਉੱਥੇ ਚੱਲਾ ਜਿੱਥੇ ਹੈ ਸ਼ੀਲ ਕਰਨ ਵੀ ਹੈ ਨਾ ਉਹਨਾਂ ਇਹਨਾਂ ਵਢਾਉਣੀ ਹੈ ਪੁੰਛ ਕੇ ਯਾਰ ਓਏ ਹੋਏ 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 ਵਾਹ ਵਾਹ ਕਿੰਨੇ ਪਿਆਰੇ ਫੂਲ ਹੈ ਯਾਰ ਓਏ 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 ਯਾਰ ਜੀ ਕਿੰਨੇ ਪਿਆਰੇ ਫੂਲ ਹੈ ਚੱਲ ਬਈ ਜਾਣੇ ਦੇ ਜਾਣੇ ਦੇ ਜਾਣੇ ਦੇ ਜਾ ਦੇਖੋ ਯਾਰ ਅਭੀ ਹਮ ਪਹੁੰਚ ਚੁੱਕੇ ਹਾਂ ਬਾਈ ਆਪਣੇ ਏਰੀਏ ਪੇ ਜਹਾਂ ਹਮਾਰੀ ਜੋ ਹੈ ਕਣਕ ਬੀਜੀ ਗਈ ਹੈ ਤੋ ਇਹ ਗੰਢਰੀਆਂ ਪਈਆਂ ਨੇ ਇਹ ਬਸ ਸਾਡੀ ਜਿਹੜਾ ਥਾਂ ਹੈ ਕੋਈ ਨਹੀਂ ਬਾਈ ਵੇਖੋ ਨਾ ਬੇਫਜ਼ੂਲ ਚੱਕਰ ਲਾਉਂਦਾ ਵੀ ਅਸੀਂ ਪਰੋਲ ਖਤਮ ਕਰ ਲਏਗਾ ਅਤੇ ਵੇਖੋ ਹੁਣ ਕਿੰਨਾ ਮਜ਼ਾ ਆਉਣ ਡਿਆ ਇਹ ਹਾਜੀ ਕਣਕ ਹੁਣ ਚਲੋ ਬਈ ਆਪਣੇ ਏਰੀਆ 'ਤੇ ਚੱਲਦੇ ਹਾਂ ਟੋਪੀ ਆਪਣੀ ਪਾ ਲੈਂਦੇ ਹਾਂ ਬਾਈ ਕਿਉਂਕਿ ਇੱਥੇ ਧੂੜ ਛੂਰ ਹੈ ਅਤੇ ਮੇਰੇ ਵਾਲ ਖਰਾਬ ਹੋ ਜਾਣਗੇ ਬਾਈ ਚੱਲ ਗਏ ਅਤੇ ਬਾਈ ਅਭੀ ਉਹ ਚਲੇ ਗਏ ਬਾਈ ਜਾਂ ਪੈਟਰੋਲ ਡਲਵਾਉਣੇ ਕੇ ਲਈ ਗਿਆ ਔਰ ਥੋੜ੍ਹਾ ਸਾ ਹੋਰ ਵੀ ਕੰਮ ਰਹਿ ਗਿਆ ਉਹ ਕਢਵਾਉਣੇ ਕੇ ਲਈ ਚਲੇ ਗਿਆ ਚਲੋ ਬਾਈ ਅਭੀ ਪਰੋਲਾ ਯਾਰ ਦੇਖੀ ਕਿਤਨੀ ਦੂਰ ਹੈ ਵੋ ਲਗਾ ਮੈਂ ਆਪਕੋ ਜ਼ੂਮ ਕਰਕੇ ਥੋੜ੍ਹਾ ਬਤਾਤਾ ਹੂੰ ਵੋ ਦੇਖੀ ਚਲੋ ਵੋ ਦੇਖੇ ਕਿਤਨਾ ਪਿਆਰਾ ਯਾਰ ਖੇਤ ਹੈ ਯਾਰ ਕਿੰਨੇ ਪਿਆਰੇ ਮਾਹੌਲ ਹੈ ਯਾਰ ਇੱਧਰ ਕੇ ਦੇਖੇ ਦੇਖੇ ਬਾਈ ਯਾਰ ਦੇਖੇ ਦੇਖੇ ਬਾਈ ਦੇਖੀ ਕਿਤਨੇ ਪਿਆਰਾ ਕਿਤਨਾ ਪਿਆਰਾ ਮਾਹੌਲ ਹੈ ਯਾਰ ਇਹ ਦੇਖੇ ਆਸ ਪਾਸ ਖੇਤ ਹੀ ਖੇਤ ਹੈ ਅਤੇ ਸਾਡੀ ਇਹ ਕਣਕ ਇਹ ਹੁਣ ਵੱਢੀ ਜਾਏਗੀ ਅਤੇ ਤੁਹਾਨੂੰ ਵੀ ਦੱਸਾਂਗੇ ਕਿੰਝ ਜੋ ਵੱਢੇਗੀ ਚਲੋ ਆਈ ਹੁਣ ਤੁਹਾਨੂੰ ਦੱਸਦੇ ਹਾਂ ਉਹ ਸਾਹਮਣੇ ਮਸ਼ੀਨ ਲੱਗੀ ਹੈ ਐ ਵਲੋਗਰ ਸਾਹਿਬ ਉਹ ਤਾਂ ਦੱਸੋ ਉਹ ਦੇਖੀ ਇਹ ਵੀ ਹਮਾਰੀ ਗੰਦਾ ਮੈਂ ਅਭੀ ਦੇਖੀ ਕਿਤਨੀ ਪਿਆਰੀ ਹਵਾ ਚੱਲ ਰਹੀ ਹੈ ਵੀ ਵੈਸੇ ਹਮਾਰੀ ਹੈ ਕੋਈ ਨਹੀਂ ਹਮਾਰੀ ਚਾ ਚੁੱਕੀ ਹੈ ਇਹਨੂੰ ਨੇ ਜੋ ਹੈ ਮਸ਼ੀਨ ਕਿ ਜੇ ਸਾਥ ਕਤਵਾਉਣੀ ਹੈ ਮੈਂ ਉਸ ਇਸ ਉੱਪਰ ਜੋ ਫੋਟੋ ਲੱਗੀ ਹੋਈ ਹੈ ਉਹ ਪਤਾ ਚੱਲ ਗਿਆ ਹੋਗਾ ਇਹ ਦੇਖਿਆ ਵੀ ਹਮ ਪਹੁੰਚ ਗਏ ਹੈ ਉਹ ਇਹ ਪੱਪੀ ਹੈ ਇਹ ਪੱਪੀ ਉਹ ਕੁੱਤਾ ਪੱਪੀ ਹੈ ਜਿਹਦਾ ਨਾਂ ਲੈ ਉਹਦਾ ਹਾਨੀ ਹਾਨੀ ਮੈਂ ਇਸੇ ਜ ਪਿਆਰ ਸੇ ਜੋ ਪੱਪੀ ਬੋਲਤਾ ਇਸੇ ਇਹ ਵਿਆਹ ਦੀ ਹੈ ਜੀ ਇਨਕੀ ਵੀ ਇਹ ਗੰਦਾ ਮੈਂ ਤੋ ਹਮਾਰੀ ਵੋ ਸਾਥ ਮੇਂ ਗੰਦਾ ਮੈਂ ਹਮਾਰੀ ਵੋ ਸਾਥ ਮੇਂ ਹੈ ਤੋ ਇਨਕੀ ਇਹ ਗੰਦਾ ਮੈਂ ਇਹਨੇ ਵੀ ਪਰੋਲੇ ਕੇ ਸਾਥ ਕਤਰਵਾਨੀ ਹੈ ਵੋ ਪਰੋਲਾ ਸਾਹਮਣੇ ਲਗਾ ਹੋਇਆ ਹੈ
जी गाइस, तो अभी हम जो है कि दाने के अभी हम तोरे में डाल रहे हैं, ये मैं आपको बता देता हूँ। ये देखिए अभी हमारे इतने दाने डाले हैं। ये भी चाचू डाल रहे हैं। माशाल्लाह से हमारी कनक जो है बहुत ज़्यादा निकली हुई है। पता नहीं अब जब तोरे में डालेंगे तब हम पता लेंगे इसका। तो प्रोला अभी वो उधर जा रहा है, वो अभी उनकी काट रहा है कनक, वो भी काट रहे हैं। ये देखिए अभी हमने कितने ये तोरे, वो अभी काट रहे हैं। इतने देखो आज ही फूल कितना प्यारा फूल है यार। अभी गाइस हम दाने लेकर गढ़ नो जाने पे हैं। हूँ देखो अरे मैं तो जाऊं नीचे भी बाबा ये और जाने पता नहीं मत यार।